ارے بچیو سشے کال تو سب دا સ્વાગત করدا ہاں اج دی ویڈیو وچ اج میں سب نو کراون جا رہے ہاں جماعت 10ویں ہوم سائنس دا یہ پیپر پنجاب سکول سکھیا بورڈ تکول انکھاں نے 60 تے کل سمے ہے 2 گھنٹے تے یہ جو تواڈے ہن ایگزامز ہن بورڈ دے انہاں دے لئی ہے تے چلو شروع کرتے ہاں فرسٹ پرشن سما تے شکت کیڑے ساڈن ہن ਦਾ ਇਸਦਾ ਉੱਤਰ ਹੈ ਸਮਾਇਕ ਭੌਤਿਕ ਸਾਧਨ ਹੈ ਅਤੇ ਹਰ ਵਿਅਕਤੀ ਕੋਲ ਰੋਜ਼ 24 ਘੰਟੇ ਦਾ ਸਮਾਂ ਹੁੰਦਾ ਹੈ ਸ਼ਕਤੀ ਇੱਕ ਮਨੁੱਖੀ ਸਾਧਨ ਹੈ ਕਿਉਂਕਿ ਇਹ ਮਨੁੱਖ ਦਾ ਹਿੱਸਾ ਹੈ ਜੋ ਕਿ ਵੱਖ-ਵੱਖ ਮਨੁੱਖਾ ਵਿੱਚ ਵੱਖ-ਵੱਖ ਹੁੰਦੀ ਹੈ ਇਹਨਾਂ ਸਾਧਨਾਂ ਦੇ ਸਦਾਰਤੋਂ ਨਾਲ ਪਰਿਵਾਰਿਕ ਤੇਚਿਆਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਦੂਜਾ ਪ੍ਰਸ਼ਨ ਮਨੁੱਖੀ ਸਾਧਨਾਂ ਦੀ ਦੋ ਉਦਾਹਰਨਾਂ ਦਿਓ ਤਾਂ ਇਸਦਾ ਉੱਤਰ ਹੈ ਕੁਸ਼ਲਤਾ ਸਿਹਤ ਯੋਗਤਾ ਆਦਿ ਤੀਜਾ ਪ੍ਰਸ਼ਨ ਦਾਲਾਂ ਵਿੱਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ ਤਾਂ ਇਸ ਦਾ ਉੱਤਰ ਹੈ 20 ਤੋਂ 25% ਚੌਥਾ ਪ੍ਰਸ਼ਨ ਦੁਨੀਆ ਭਰ ਵਿੱਚ 90% ਬਿਮਾਰੀਆਂ ਦਾ ਕਾਰਨ ਡੈਸ਼ ਸੇਵਨ ਨਹੀਂ ਕਰਨਾ ਹੈ ਤਾਂ ਇਸ ਦਾ ਉੱਤਰ ਹੈ ਭੋਜਨ ਅੱਗੇ ਫਿਫਥ ਬਣਾਵਟੀ ਫਿਲਾਮੈਂਟ ਰੇਸ਼ੇ ਕਿਹੜੇ ਹਨ ਤਾਂ ਇਸ ਦਾ ਉੱਤਰ ਹੈ ਨਾਈਲੋਨ ਅਤੇ ਪਾਲੀਐਸਟਰ 6ਵਾਂ ਪ੍ਰਸ਼ਨ ਤਾਣਾ ਤੇ ਬਾਣਾ ਕੀ ਹੁੰਦਾ ਹੈ ਇਸਦਾ ਉੱਤਰ ਹੈ ਜਦੋਂ ਕੱਪੜਾ ਬੁਣਿਆ ਜਾਂਦਾ ਹੈ ਤਾਂ ਲੰਬਾਈ ਵਿੱਚ ਚੱਲਣ ਵਾਲੇ ਧਾਗੇ ਨੂੰ ਤਾਨਾ ਅਤੇ ਚੌੜਾਈ ਵਿੱਚ ਚੱਲਣ ਵਾਲੇ ਧਾਗੇ ਨੂੰ ਵਾਣਾ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ 7ਵਾਂ ਪਰਿਵਾਰ ਸਮਾਜ ਦੀ ਡੈਸ਼ ਇਕਾਈ ਹੈ। ਤਾਂ ਇਸਦਾ ਉੱਤਰ ਹੈ ਮੁੱਢਲੀ। 8ਵਾਂ ਆਮ ਤੌਰ ਤੇ ਪਰਿਵਾਰ ਦੀਆਂ ਡੈਸ਼ ਕਿਸਮਾਂ ਹਨ। ਤਾਂ ਇਸਦਾ ਉੱਤਰ ਹੈ 2. 9ਵਾਂ ਪ੍ਰਸ਼ਨ ਚਾਗਿਰਦੇ ਦੀ ਸਫਾਈ ਤੋਂ ਤੁਸੀਂ ਕੀ ਸਮਝਦੇ ਹੋ? ਤਾਂ ਇਸਦਾ ਉੱਤਰ ਹੈ ਚੌਗਿਰਦੇ ਤੋਂ ਭਾਵ ਘਰ ਦਾ ਆਲੇ-ਦੁਆਲੇ ਹੈ ਜਿਸ ਵਿੱਚ ਵੇੜਾ ਗਲੀ ਪਾਰਕ ਅਤੇ ਛੱਤ ਸ਼ਾਮਲ ਕੀਤੇ ਜਾ ਸਕਦੇ ਹਨ ਘਰ ਦੀ ਅੰਦਰਲੀ ਸਫਾਈ ਦੇ ਨਾਲ ਨਾਲ ਆਲੇ-ਦੁਆਲੇ ਦੀ ਸਫਾਈ ਨੂੰ ਚੌਗਿਰਦੇ ਦੀ ਸਫਾਈ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਘਰੇਲੂ ਕੂੜੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਹਨ ਤਾਂ ਇਸ ਦਾ ਉੱਤਰ ਹੈ ਘਰ ਵਿੱਚ ਚੀਜ਼ਾਂ ਦੀ ਵਰਤੋਂ ਕਰਦੇ ਸਮੇਂ ਕੂੜੇ-ਕਰਕਟ ਦਾ ਪੈਦਾ ਹੋਣਾ ਸੁਭਾਵਿਕ ਹੈ ਇਸ ਕੂੜੇ-ਕਰਕਟ ਵਿੱਚ ਅਸੀਂ ਰਸੋਈ ਦੀ ਝੂਠ ਸਵਾਫ ਫਲ ਅਤੇ ਸਬਜ਼ੀਆਂ ਦੇ ਛਿਲਕੇ ਗੱਤੇ ਦੇ ਡੱਬੇ ਪੋਲੀਥੀਨ ਦੇ ਲਿਫਾਫੇ ਕਾਗਜ਼ ਪੱਤਰ ਆਦਿ ਸ਼ਾਮਿਲ ਕਰਦੇ ਹਨ ਅੱਗੇ ਹੈ 11ਵਾਂ ਰਸੋਈ ਦਾ ਡਿਜ਼ਾਈਨ ਕਿਹੋ ਜਿਹਾ ਹੋ ਸਕਦਾ ਹੈ ਤਾਂ ਇਸ ਦਾ ਉੱਤਰ ਹੈ ਯੂ ਆਕਾਰ ਜਾਂ ਐਲ ਆਕਾਰ ਮੱਧ ਵਰਗੀ ਘਰਾਂ ਵਿੱਚ ਕਿੰਨੇ ਕਮਰੇ ਹੁੰਦੇ ਹਨ ਤਾਂ ਇਸ ਦਾ ਉੱਤਰ ਹੈ 3 ਤੋਂ 4 13ਵਾਂ ਪ੍ਰਸ਼ਨ ਮੁੱਢਲੇ ਰੰਗ ਕਿਹੜੇ ਹਨ ਤਾਂ ਇਸ ਦਾ ਉੱਤਰ ਹੈ ਮੁੱਢਲੇ ਰੰਗ ਕਿੰਨੇ ਹਨ ਇਸ ਦਾ ਉੱਤਰ ਹੈ 3 ਅੱਗੇ ਚੱਲਦੇ ਹਾਂ ਹੁਣ ਆਪਾਂ ਨੈਕਸਟ ਪ੍ਰਸ਼ਨ ਦੇ ਉੱਤੇ ਅਗੇ ਹੈ ਸੰਤੁਲਨ ਕਿੰਨੇ ਪ੍ਰਕਾਰ ਦਾ ਨਾਂ ਦੱਸੋ ਤਾਂ ਇਸ ਦਾ ਉੱਤਰ ਹੈ ਸੰਤੁਲਨ ਦੋ ਪ੍ਰਕਾਰ ਦੇ ਹੁੰਦੇ ਹਨ ਆਪਚਾਰਿਕ ਸੰਤੁਲਨ ਅਤੇ ਅਨੌਪਚਾਰਿਕ ਸੰਤੁਲਨ ਉਦਾਸਨ ਰੰਗ ਕਿਹੜੇ ਹਨ ਤਾਂ ਇਸ ਦਾ ਉੱਤਰ ਹੈ ਕਾਲਾ ਅਤੇ ਸਲੇਟੀ ਸ਼ਕਤੀਕ ਡੈਸ਼ ਸਾਧਨ ਹੈ ਤਾਂ ਇਸ ਦਾ ਉੱਤਰ ਹੈ ਭੌਤਿਕ ਸਾਧਨ ਅਗੇ 17ਵਾਂ ਪ੍ਰਸ਼ਨ ਚੰਗੇ ਪ੍ਰਬੰਧਕ ਨੂੰ ਅਰਥ ਸ਼ਾਸਤਰ ਦਾ ਗਿਆਨ ਹੋਣਾ ਕਿਉਂ ਜ਼ਰੂਰੀ ਹੈ ਤਾਂ ਇਸ ਦਾ ਉੱਤਰ ਹੈ ਚੰਗੇ ਪ੍ਰਬੰਧਕ ਨੂੰ ਬਜਟ ਬਣਾਉਣਾ ਅਤੇ ਉਸ ਮੁਤਾਬਕ ਕੰਮ ਕਰਨਾ ਆਉਣਾ ਚਾਹੀਦਾ ਹੈ ਉਪਭੋਗਤਾਵਾਦ ਦੇ ਸਮੇਂ ਵਿੱਚ ਕਿਹੜੀਆਂ ਵਸਤੂਆਂ ਵੱਧ ਖਰੀਦ ਕੇ ਫਾਇਦਾ ਹੋ ਸਕਦਾ ਹੈ ਅਤੇ ਕੁਝ ਵਸਤੂਆਂ ਲੋੜ ਅਨੁਸਾਰ ਹੀ ਖਰੀਦਣੀਆਂ ਹੁੰਦੀਆਂ ਹਨ ਕੁਝ ਪੈਸੇ ਭਵਿੱਖ ਲਈ ਬਚਾ ਕੇ ਰੱਖਣੇ ਚਾਹੀਦੇ ਹਨ ਆਮਦਨ ਅਤੇ ਖਰਚੇ ਵਿੱਚ ਤਾਲਮਿਲ ਹੋਣਾ ਚਾਹੀਦਾ ਹੈ ਇਹ ਸਭ ਤਾਂ ਹੀ ਸੰਭਵ ਹੈ ਜੇ ਪ੍ਰਬੰਧਕ ਨੂੰ ਅਰਥ ਸ਼ਾਸਤਰ ਦਾ ਗਿਆਨ ਹੋਵੇ ਅਗਲਾ ਪ੍ਰਸ਼ਨ ਹੈ థਰਮੋਪਲਾਸਟਿਕ ਰੇਸ਼ਿਆਂ ਤੋਂ ਕੀ ਭਾਵ ਹੈ ਇਸ ਦੇ ਨਾਲ ਦੂਜਾ ਪ੍ਰਸ਼ਨ ਵੀ ਮੈਂ ਨਾਲ ਹੀ ਰੀਡ ਕਰ ਲੈਣਾ ਹਾਂ ਸੰਤੁਲਿਤ ਭੋਜਨ ਤੋਂ ਕੀ ਭਾਵ ਹੈ ਸਭ ਤੋਂ ਪਹਿਲਾਂ థਰਮੋਪਲਾਸਟਿਕ ਰੇਸ਼ਿਆਂ ਤੋਂ ਭਾਵ ਤਾਂ ਇਸ ਤੋਂ ਉੱਤਰ ਹੈ థਰਮੋਪਲਾਸਟਿਕ ਰੇਸ਼ੇ ਬਨਾਵਟੀ ਰੇਸ਼ੇ ਹਨ ਭਾਵ ਕਿ ਮਨੁੱਖ ਦੁਆਰਾ ਬਣਾਏ ਹੋਏ ਇਹ ਰੇਸ਼ੇ ਗਰਮੀ ਨਾਲ ਸੜਨ ਦੀ ਬਜਾਏ ਪਿਘਲ ਜਾਂਦੇ ਹਨ ਇਸੇ ਕਰਕੇ ਇਹਨਾਂ ਨੂੰ థਰਮੋਪਲਾਸਟਿਕ ਰੇਸ਼ੇ ਕਿਹਾ ਜਾਂਦਾ ਹੈ ਅਗਲਾ ਹੈ ਸੰਤੁਲਿਤ ਭੋਜਨ ਤੋਂ ਤੁਸੀਂ ਕੀ ਸਮਝਦੇ ਹੋ ਤੇ ਸੋ ਉੱਤਰ ਹੈ ਸੰਤੁਲਿਤ ਭੋਜਨ ਦਾ ਭਾਵ ਇਹ ਜੀ ਮਿਲੀ ਜੁਲੀ ਖਾਾਕ ਹੈ ਜਿਸ ਵਿੱਚ ਭੋਜਨ ਦੇ ਸਾਰੇ ਜ਼ਰੂਰੀ ਤੱਤ ਜਿਵੇਂ ਪ੍ਰੋਟੀਨ ਕਾਰਬੋਹਾਈਡਰੇਟ ਵਿਟਾਮਿਨ ਖਣਿਜ ਲੂਣ ਆਦ ਪੂਰੀ ਮਾਤਰਾ ਵਿੱਚ ਹੋਣ ਭੋਜਨ ਨਾਲ ਕੇਵਲ ਮਾਪ ਤੋਲ ਵਿੱਚ ਪੂਰਾ ਹੋਵੇ ਸਗੋਂ ਗੁਣਕਾਰੀ ਵੀ ਹੋਵੇ ਤਾਂ ਜੋ ਮਨੁੱਖ ਦਾ ਸਰੀਰਕ ਤੇ ਮਾਨਸਿਕ ਵਾਧਾ ਵੀ ਹੋ ਸਕੇ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਬਣੀ ਰਹੇ ਸੰਤੁਲਿਤ ਭੋਜਨ ਸਾਰੇ ਵਿਅਕਤੀਆਂ ਲਈ ਇੱਕੋ ਜਿਹਾ ਨਹੀਂ ਹੋ। ਸਰੀਰਿਕ ਮਿਹਨਤ ਕਰਨ ਵਾਲੇ ਵਿਅਕਤੀ ਲਈ ਜਿਹੜਾ ਭੋਜਨ ਸੰਤੁਲਿਤ ਹੈ ਉਹ ਇੱਕ ਦਫ਼ਤਰੀ ਕੰਮ ਕਰਨ ਨਾਲੋਂ ਵੱਖਰਾ ਹੈ। ਅਗਲਾ ਪ੍ਰਸ਼ਨ ਹੈ ਡਿਜ਼ਾਈਨ ਵਿੱਚ ਇੱਕ ਸੁਰਤਾ ਤੋਂ ਕੀ ਭਾਵ ਹੈ? ਇਸ ਦੇ ਨਾਲ ਅਗਲਾ ਪ੍ਰਸ਼ਨ ਵੀ ਨਾਲ ਹੀ ਕਰ ਰਹੇ ਨੇ ਹਾਂ। ਭੋਜਨ ਜੀਵਨ ਦਾ ਮੂਲ ਆਧਾਰ ਮੰਨਿਆ ਜਾਂਦਾ ਹੈ ਕਿਉਂ? ਸਭ ਤੋਂ ਪਹਿਲਾਂ ਡਿਜ਼ਾਈਨ ਵਿੱਚ ਇੱਕ ਸੁਰਤਾ ਤੇ ਇਸ ਤੋਂ ਦਰੇ ਡਿਜ਼ਾਈਨ ਬਣਾਉਣ ਲਈ ਲਾਈਨਾਂ ਆਕਾਰ ਰੰਗਾਂ ਤੇ ਰਚਨਾ ਦੀ ਜ਼ਰੂਰਤ ਪੈਂਦੀ ਹੈ ਇੱਕੋ ਤਰ੍ਹਾਂ ਦੀਆਂ ਦੋ ਚੀਜ਼ਾਂ ਜਿਵੇਂ ਇੱਕੋ ਰੰਗ ਇੱਕ ਤਰ੍ਹਾਂ ਦੇ ਲਾਈਨਾਂ ਜਾਂ ਆਕਾਰ ਨਾਲ ਡਿਜ਼ਾਈਨ ਵਿੱਚ ਇੱਕ ਸੁਰਤਾ ਲਿਆਂਦੀ ਜਾਂਦੀ ਹੈ ਪਰ ਜੇਕਰ ਹਰ ਇੱਕ ਚੀਜ਼ ਅਲੱਗ ਤਰ੍ਹਾਂ ਦੀ ਹੋਵੇ ਤਾਂ ਉਹ ਪਰੇਸ਼ਾਨੀ ਦਾ ਅਹਿਸਾਸ ਦਵਾਉਂਦੀ ਹੈ ਜਦੋਂ ਇੱਕ ਡਿਜ਼ਾਈਨ ਦੇ ਸਾਰੇ ਅੰਸ਼ਾਂ ਵਿੱਚ ਇੱਕ ਸੁਰਤਾ ਹੋਵੇਗੀ ਤਾਂ ਉਹ ਇੱਕ ਸਮੂੱਚਾ ਡਿਜ਼ਾਈਨ ਜਾਪੇਗਾ ਨਾ ਕਿ ਅਡਾੜ ਅੰਸ਼ਾਂ ਦਾ ਬੇਤੁੱਕਾ ਜੋੜ ਇਹ ਜੇ ਡਿਜ਼ਾਈਨ ਚੰਗਾ ਸਮਝਿਆ ਜਾਵੇਗਾ ਅਗਲਾ ਪ੍ਰਸ਼ਨ ਹੈ ਭੋਜਨ ਜੀਵਨ ਦਾ ਮੂਲ ਆਧਾਰ ਮੰਨਿਆ ਜਾਂਦਾ ਹੈ ਦੱਸੋ ਕਿਉਂ ਤੇ ਸਤ੍ਰਪੋਜਨ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਤੇ ਸਰੀਰ ਦੇ ਅੰਦਰੂਨੀ ਟੁੱਟ ਭੱਜਦੀ ਮੁਰੰਮਤ ਕਰਦਾ ਹੈ ਊਰਜਾ ਨਾਲ ਸਰੀਰ ਆਪਣੀਆਂ ਲੋੜੀਂਦੀਆਂ ਕਿਰਿਆਵਾਂ ਕਰਨ ਯੋਗ ਹੁੰਦਾ ਹੈ ਤੇ ਨਾਲ ਹੀ ਨਾਲ ਸਰੀਰ ਦੀ ਮੁਰੰਮਤ ਵੀ ਹੁੰਦੀ ਰਹਿੰਦੀ ਹੈ ਇਹ ਦੋਵੇਂ ਕਿਰਿਆਵਾਂ ਸਰੀਰ ਨੂੰ ਜਿਉਂਦਾ ਰੱਖਦੀਆਂ ਹਨ ਇਸ ਲਈ ਭੋਜਨ ਨੂੰ ਜੀਵਨ ਦਾ ਮੂਲਧਾਰ ਕਿਹਾ ਜਾਂਦਾ ਹੈ ਅੱਗੇ ਹੈ ਪ੍ਰਸ਼ਨ 22 ਭੋਜਨ ਦੇ ਪੋਸ਼ਟਿਕ ਤੱਤ ਕਿਹੜੇ ਹਨ ਉਹਨਾਂ ਦੇ ਨਾਂ ਲਿਖੋ ਪ੍ਰਸ਼ਨ 23 ਬੈਠਕ ਵਿੱਚ ਕਿਹੋ ਜਿਹੇ ਫਰਨੀਚਰ ਦੀ ਲੋੜ ਹੈ ਤਾਂ ਇਸ ਦਾ ਉੱਤਰ ਹੈ ਪੌਸ਼ਟਿਕ ਤੱਤ ਭੋਜਨ ਦਾ ਮਹੱਤਵਪੂਰਨ ਅੰਗ ਹਨ ਇਹ ਵੱਖ-ਵੱਖ ਰਸਾਇਣਿਕ ਤੱਤਾਂ ਦੇ ਮਿਸ਼ਰਣ ਹੁੰਦੇ ਹਨ ਇਹਨਾਂ ਦੀ ਸਰੀਰ ਨੂੰ ਕਾਫੀ ਮਾਤਰਾ ਵਿੱਚ ਲੋੜ ਹੁੰਦੀ ਹੈ ਇੱਕ ਸੰਤੁਲਿਤ ਭੋਜਨ ਵਿੱਚ ਇਹ ਲਿਖੇ ਪੌਸ਼ਟਿਕ ਤੱਤ ਹੁੰਦੇ ਹਨ ਪ੍ਰੋਟੀਨ ਕਾਰਬੋਹਾਈਡਰੇਟ ਚਿਕਨਾਈ ਵਿਟਾਮਿਨ ਲੂਣ ਅਤੇ ਪਾਣੀ ਆਦਿ ਪ੍ਰਸ਼ਨ 3 ਬੈਠਕ ਵਿੱਚ ਕਿਹੋ ਜਿਹੇ ਫਰਨੀਚਰ ਦੀ ਲੋੜ ਹੁੰਦੀ ਹੈ ਤਾਂ ਇਸ ਦਾ ਉੱਤਰ ਹੈ ਬੈਠਕ ਪਰਿਵਾਰ ਦੇ ਸਾਰੇ ਜੀਆ ਅਦੇ ਮਹਿਮਾਨਾਂ ਦੇ ਬੈਠਣ ਲਈ ਵਰਤੀ ਜਾਂਦੀ ਹੈ ਖੇਡਣ ਪੜਨ ਲਿਖਣ ਸੰਗੀਤ ਸੁਣਨ ਦੇ ਕੰਮ ਇੱਥੇ ਕੀਤੇ ਜਾਂਦੇ ਹਨ ਸੋ ਬੈਠਕ ਵਿੱਚ ਸੋਫਾ ਕੁਰਸੀਆਂ ਅਤੇ ਦੀਵਾਨ ਰੱਖੇ ਜਾ ਸਕਦੇ ਹਨ ਇਹਨਾਂ ਵਿਚਕਾਰ ਇੱਕ ਕਾਫੀ ਮੇਜ਼ ਰੱਖਣਾ ਚਾਹੀਦਾ ਹੈ ਸੋਫੇ ਅਤੇ ਕੁਰਸੀਆਂ ਦੇ ਆਸ-ਪਾਸ ਵੀ ਛੋਟੇ ਵੇਜ ਪੈਗ ਟੇਬਲ ਚਾਹ ਪਾਣੀ ਦੇ ਗਲਾਸ ਕੱਪ ਅਤੇ ਸੂਆਦਾਨੀ ਯਾਨੀ ਐਸਟ੍ਰੇ ਰੱਖਣ ਲਈ ਚਾਹੀਦੇ ਹਨ ਅਗਲਾ ਪ੍ਰਸ਼ਨ ਘਰ ਵਿੱਚ ਪਰਦੇ ਕਿਉਂ ਲਗਾਏ ਜਾਂਦੇ ਹਨ ਅਤੇ ਉਸ ਤੋਂ ਅਗਲਾ ਪ੍ਰਸ਼ਨ ਹੈ ਉਹ ਭਾਗ ਏਡੀ ਵਿੱਚ ਆ ਚੁੱਕਿਆ ਹੈ ਫਰਨੀਚਰ ਘਰ ਦੇ ਸਜਾਵਟ ਲਈ ਕਿਉਂ ਜ਼ਰੂਰੀ ਹੈ ਸਿਰਫ ਅਤੇ ਸਿਰਫ ਭਾਗ ਈ ਦਾ ਮੈਂ ਹੀ ਪ੍ਰਸ਼ਨ ਕਰਾਂਗਾ ਹੋਰ ਸਾਰੇ ਕੁਐਸਚਨ ਮੈਂ ਤੁਹਾਨੂੰ ਸਭ ਦੱਸ ਦਵਾਂਗਾ ਕਿਉਂਕਿ ਉਹ ਇੰਪੋਰਟੈਂਟ ਹੋਣ ਵਾਲੇ ਹਨ ਤਾਂ ਚੱਲੋ ਕਰਾਉਣਾ 24ਵਾਂ ਤੇ 25ਵਾਂ ਪ੍ਰਸ਼ਨ ਤਾਂ ਸਭ ਤੋਂ ਪਹਿਲਾਂ ਘਰ ਵਿੱਚ ਪਰਦੇ ਕਿਉਂ ਲਗਾਏ ਜਾਂਦੇ ਹਨ ਤਾਂ ਇਸਦਾ ਉੱਤਰ ਹੈ ਪਰਦੇ ਆ ਬਿਨਾ ਘਰ ਚੰਗਾ ਨਹੀਂ ਲੱਗਦਾ ਸੋ ਪਰਦੇ ਘਰ ਦੀ ਸੁੰਦਰਤਾ ਵਧਾਉਣ ਲਈ ਲਗਾਏ ਜਾਂਦੇ ਹਨ ਪਰਦੇ ਨਾਲ ਹੀ ਇਹ ਘਰ ਨੂੰ ਤੇਜ਼ ਹਵਾ ਤੇ ਰੌਸ਼ਨੀ ਮਿੱਟੀ ਘੱਟੇ ਤੋਂ ਵੀ ਬਚਾਉਂਦੇ ਹਨ ਪਰਦੇ ਲਾਉਣ ਨਾਲ ਕਮਰਿਆਂ ਵਿੱਚ ਇਕਾਂਤ ਭਾਵਨਾ ਦੀ ਫਾਇਦਾ ਹੁੰਦੀ ਹੈ ਫਰਨੀਚਰ ਘਰ ਦੀ ਅੰਦਰਲੀ ਸਜਾਵਟ ਲਈ ਕਿਉਂ ਜ਼ਰੂਰੀ ਹੈ ਇਸ ਤੋਂ ਤਰ੍ਹਾਂ ਹਰ ਪਰਿਵਾਰ ਦੀਆਂ ਖਾਣ ਪੀਣ ਆਰਾਮ ਕਰਨ ਸੌਣ ਤੇ ਆਰਾਮ ਕਰਨ ਦੀਆਂ ਬੁਨਿਆਦੀ ਲੋੜਾਂ ਹਨ ਇਹਨਾਂ ਨੂੰ ਪੂਰਾ ਕਰਨ ਲਈ ਫਰਨੀਚਰ ਦੀ ਲੋੜ ਪੈਂਦੀ ਹੈ ਸੋ ਇਹਨਾਂ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਜੇ ਘਰ ਦੀ ਸੁੰਦਰਤਾ ਵਿੱਚ ਵਾਧਾ ਕਰ ਸਕੇ ਤਾਂ ਸੋਨੇ ਤੇ ਸੁਹਾਗਾ ਵਾਲੀ ਗੱਲ ਹੈ ਘਰ ਦੀ ਸਜਾਵਟ ਵਿੱਚ ਵੱਧ ਕਰਨ ਲਈ ਫਰਨੀਚਰ ਦਾ ਡਿਜ਼ਾਈਨ ਬਣਤਾਰਾ ਤੇ ਘਰ ਪਰਿਵਾਰ ਵਿੱਚ ਲੋੜਾਂ ਤੇ ਕਮਰੇ ਦੇ ਆਕਾਰ ਮੁਤਾਬਿਕ ਹੋਣਾ ਚਾਹੀਦਾ ਹੈ ਛੋਟੇ ਘਰਾਂ ਵਿੱਚ ਪਲੰਗਾਂ ਤੇ ਦਿਵਾਨ ਵਰਗੀਆਂ ਚੀਜ਼ਾਂ ਹੁੰਦੀਆਂ ਹਨ ਅਤੇ ਵੱਡੇ ਘਰਾਂ ਵਿੱਚ ਪਰਦੇ ਆਦ ਵੀ ਲੱਗ ਜਾਂਦੇ ਹਨ ਤਾਂ ਹੁਣ ਪਿਆਰੇ ਬੱਚਿਓ ਇਸੇ ਜਗ੍ਹਾ ਉੱਤੇ ਆਪਾਂ ਇੱਕ ਹੋਰ ਪ੍ਰਸ਼ਨ ਕਰ ਸਕਦੇ ਸੀ ਘਰ ਵਿੱਚ ਬੈਠਕ ਦੀ ਕੀ ਮਹੱਤਤਾ ਹੈ ਤੇ ਇਹਨਾਂ ਦੇ ਉੱਤਰ ਮੈਂ ਤੁਹਾਨੂੰ ਨਹੀਂ ਕਰਾਂਣ ਲੱਗਿਆ ਜੋ ਬਚੇ ਹੋਏ ਹਨ 26ਵਾਂ ਚੰਗੇ ਪ੍ਰਬੰਧਕ ਤੇ 6 ਗੁਣ ਦੱਸੋ ਜਾ ਕਰ ਸਕਦੇ ਹੋ ਫਰਨੀਚਰ ਦੀ ਚੋਣ ਕਰਦੇ ਸਮੇਂ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਪ੍ਰਸ਼ੰਸਤਾਈ ਸੰਤੁਲਿਤ ਭੋਜਨ ਕੀ ਹੈ ਜਾ ਕਰ ਸਕਦੇ ਹੋ ਪ੍ਰੋਟੀਨ ਦੇ ਮੁੱਖ ਕੰਮ ਕੀ ਹਨ ਅਤੇ ਘਾਟ ਦਾ ਸਰੀਰ ਤੇ ਕੀ ਅਸਰ ਹੁੰਦਾ ਹੈ ਤੇ ਪਿਆਰੇ ਬੱਚਿਓ ਅੱਜ ਦੀ ਵੀਡੀਓ ਦੇ ਨਾਲ ਹੀ ਮੈਂ ਤੁਹਾਨੂੰ ਸਭ ਨਾਲ ਮਿਲਾਂਗਾ ਅਗਲੀ ਵੀਡੀਓ ਵਿੱਚ ਇਸ ਨੂੰ ਪੂਰਾ ਦੇਖਣ ਲਈ ਧੰਨਵਾਦ